हाय फ्रेंड्स वेलकम कर रही हूं ਤੁਹਾਡਾ ਸਾਰਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਜੌਬ ਵੈਕੈਂਸੀ ਅਪਡੇਟਸ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਬਿਕੋਜ਼ ਪੰਜਾਬ ਦੇ ਵਿੱਚ 2022 ਦੀ ਲੇਟੈਸਟ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਆਊਟ ਕੀਤਾ ਜਾ ਚੁੱਕਿਆ ਹੈ ਜਿਹਦੇ ਵਿੱਚ ਮੁੰਡੇ ਕੁੜੀਆਂ ਦੋਨੋਂ ਹੀ ਐਲੀਜੀਬਲ ਹੈ ਦੋਨੋਂ ਅਪਲਾਈ ਕਰ ਸਕਦੇ ਆ ਕਦ ਤੋਂ ਕਦ ਤੱਕ ਅਪਲਾਈ ਕਰਨਾ ਹੈ ਕੀ ਕੀ ਐਲੀਜੀਬਿਲਟੀ ਰਹਿਣ ਵਾਲੀ ਹੈ ਸਿਲੈਕਸ਼ਨ ਤੁਹਾਡੀ ਇਹਦੇ ਵਿੱਚ ਕਿੱਦਾਂ ਹੋਏਗੀ ਸਾਰਾ ਸਟੈਪ ਬਾਈ ਸਟੈਪ ਡਿਸਕਸ ਕਰਾਂਗੇ ਵੀਡੀਓ ਨੂੰ ਪੂਰਾ ਤੁਸੀਂ ਜਰੂਰ ਦੇਖਣਾ ਹੈ ਵੀਡੀਓ ਨੂੰ ਪੂਰਾ ਦੇਖਣ ਤੋਂ ਹੀ ਤੁਹਾਨੂੰ ਪਤਾ ਲੱਗੇਗਾ ਕਿਦਾਂ ਅਪਲਾਈ ਕਰਨਾ ਹੈ ਕਿ ਕੀ ਐਲੀਜੀਬਿਲਿਟੀ ਰੈਨ ਵਾਲੀ ਹੈ ਕਦ ਤੋਂ ਕਦ ਤੱਕ ਅਪਲਾਈ ਕਰ ਸਕਦੇ ਆ ਕਿਸ ਦੇ ਹਿਸਾਬ ਨਾਲ ਤੁਹਾਡੀ ਇਹਦੇ ਵਿੱਚ ਸਿਲੈਕਸ਼ਨ ਹੋਣ ਵਾਲੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਔਰ ਇਸੇ ਤਰ੍ਹਾਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਵੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਇਹਦੇ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਹੀ ਰਹੇਗਾ ਤਾਂ ਹੁਣ ਆਪਾਂ ਗੱਲ ਕਰਦੇ ਆ ਰਿਕਰੂਟਮੈਂਟ ਦੇ ਸਭ ਤੋਂ ਪਹਿਲਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਤੁਹਾਡਾ ਇੱਕ ਲਾਈਕ ਮੋਟੀਵੇਟ ਕਰਦਾ ਹੈ ਤੁਹਾਡੇ ਵਾਸਤੇ ਨਵੇਂ-ਨਵੇਂ ਅਪਡੇਟ ਲੈ ਕੇ ਆਉਂਦਾ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਜਿਹੜੀ ਪੰਜਾਬ ਦੀ ਲੇਟੈਸਟ ਵੈਕੈਂਸੀਜ਼ ਆ 2022 ਦੀਆਂ ਆਊਟ ਕਰ ਦਿੱਤੀਆਂ ਗਈਆਂ ਜਿਹਦੇ ਵਿੱਚ ਆਪਾਂ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 37 ਪਲੱਸ ਤੁਸੀਂ ਅਪਲਾਈ ਕਰ ਸਕਦੇ ਆ ਅਲੱਗ-ਅਲੱਗ ਪੋਸਟ ਦੇ ਸਾਹਮਣੇ ਠੀਕ ਹੈ ਇਹਦੇ ਵਿੱਚ ਮੁੰਡੇ ਕੁੜੀਆਂ ਦੋਨਾਂ ਵਾਸਤੇ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਆ ਸੋ ਦੋਨੋਂ ਅਪਲਾਈ ਕਰ ਸਕਦੇ ਆ ਅਗਰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਇਹਦੇ ਵਿੱਚ ਜੌਬ ਲੋਕੇਸ਼ਨ ਦੀ ਤਾਂ ਉਹ ਵੀ ਤੁਹਾਡੀ ਜਿਹੜੀ ਆ ਪੰਜਾਬ ਦੇ ਵਿੱਚ ਹੀ ਰਹਿਣ ਵਾਲੀ ਆ ਤਾਂ ਤੁਸੀਂ ਆਰਾਮ ਨਾਲ ਇਹਦੇ ਲਈ ਅਪਲਾਈ ਕਰ ਸਕਦੇ ਆ ਹੁਣ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਪੀਡੀਐਫ ਦੇ ਉੱਤੇ ਉੱਥੇ ਜਾ ਕੇ ਮੈਂ ਤੁਹਾਨੂੰ ਦੱਸ ਦਈਏ ਕੀ ਕੀ ਐਲੀਜੀਬਿਲਟੀ ਆ ਕਦ ਤੋਂ ਕਦ ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਆ ਸੋ ਤੁਸੀਂ ਦੇਖ ਸਕਦੇ ਆਪਾਂ ਆ ਚੁੱਕੇ ਹਾਂ ਨੋਟੀਫਿਕੇਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਤੁਹਾਡਾ ਇੱਕ ਲਾਈਕ ਮੋਟੀਵੇਟ ਕਰਦਾ ਹੈ ਤੁਹਾਡੇ ਵਾਸਤੇ ਨਵੇਂ-ਨਵੇਂ ਅਪਡੇਟ ਲੈ ਕੇ ਆਉਂਦਾ ਇਹ ਜਿਹੜੀਆਂ ਵੈਕੈਂਸੀਜ਼ ਹੈ ਫੂਡ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਆਊਟ ਕੀਤੀਆਂ ਗਈਆਂ ਹਨ ਤਾਂ ਸਾਰੇ ਕੈਂਡੀਡੇਟ ਤੁਹਾਡੇ ਵਿੱਚ ਇਹਦੇ ਵਿੱਚ ਹੋ ਐਲੀਜੀਬਲ ਹੋਣ ਵਾਲੇ ਆ ਸਭ ਤੋਂ ਇੰਪੋਰਟੈਂਟ ਗੱਲ ਹੈ ਇਹਦੇ ਵਿੱਚ ਤੁਹਾਡਾ ਕੋਈ ਐਗਜ਼ਾਮ ਨਹੀਂ ਹੋਣਾ ਸਿਰਫ ਤੁਹਾਡੇ ਵਾਕ ਇਨ ਇੰਟਰਵਿਊ ਹੋਣ ਵਾਲੀ ਆ ਉਹਦੇ ਬੇਸਿਸ ਤੇ ਸਿਲੈਕਸ਼ਨ ਤੁਹਾਡੇ ਇਹਦੇ ਵਿੱਚ ਹੋਣ ਵਾਲੀ ਆ ਤੁਸੀਂ ਦੇਖ ਸਕਦੇ ਆ ਜਿਹੜੀ ਵੈਕੈਂਸੀਜ਼ ਹੈ ਆਫਿਸ ਆਫ ਹੈੱਡ ਡਿਪਾਰਟਮੈਂਟ ਆਫ ਪ੍ਰ ਨੂੰ ਆਊਟ ਕੀਤਾ ਗਿਆ ਹੈ ਜਿਹਦੇ ਵਿੱਚ ਲਾਸਟ ਡੇ ਜਿਹੜਾ 18 ਜਨਵਰੀ 2022 ਹੋ ਰਹਿਣ ਵਾਲਿਆ ਔਰ ਸੇਮ ਡੇ ਹੀ ਤੁਹਾਡੀ ਇੰਟਰਵਿਊ ਵੀ ਹੋ ਸਕਦੀ ਹੈ ਬਾਕੀ ਅਪਡੇਟ ਵੀ ਕਰਨਗੇ ਆਪਣੀ ਅਫੀਸ਼ੀਅਲ ਸਾਈਟ ਜਿਉਂਤੇ ਸੋ ਅਗਰ ਤੁਸੀਂ ਐਲੀਜੀਬਿਲਟੀ ਕਰਾਈਟੇਰੀਆ ਨੂੰ ਫੁਲਫਿਲ ਕਰਦੇ ਆ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਨਾ ਤਾਂ ਆਨਲਾਈਨ ਅਪਲਾਈ ਕਰਨਾ ਨਾ ਆਫਲਾਈਨ ਅਪਲਾਈ ਕਰਨਾ ਇਹਨਾਂ ਨੇ ਇੱਥੇ ਮੈਂਸ਼ਨ ਕੀਤਾ ਹੈ ਤੁਸੀਂ ਅਪੀਅਰ ਹੋਣਾ ਹੈ ਇੰਟਰਵਿਊ ਦੇ ਵਿੱਚ ਠੀਕ ਹੈ ਜਿਹਦੇ ਵਿੱਚ ਤੁਸੀਂ ਦੋ ਲੇਟੈਸਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਜਾਣੇ ਆ ओरिजिनल ਅਤੇ 셀ਫ ਅਟੈਸਟਡ ਤੁਸੀਂ ਰੈਲੇਵੈਂਟ ਡਾਕੂਮੈਂਟਸ ਵੀ ਆਪਣੇ ਲੈ ਕੇ ਜਾਣੇ ਆ ਔਰ ਜਿਨਾਂ ਨੂੰ ਰੱਖਣਗੇ ਨਹੀਂ ਬਟ ਹਾਂ ਚੈੱਕ ਕਰ ਸਕਦੇ ਆ ਤਾਂ ਤੁਸੀਂ ਉਹ ਵੀ ਲੈ ਕੇ ਜਾਣੇ ਆ ਤੇ ਇੱਕ ਤੁਸੀਂ ਜਿਹੜਾ ਡਰਾਫਟ ਲੈ ਕੇ ਜਾਣਾ ਹੈ 200 ਰੁਪਏ ਦਾ ਜਿਹੜਾ ਕਿ ਇਨ ਦੇ ਫੇਵਰ ਆਫ ਦੀ ਕੰਟਰੋਲਰ ਪੀ ਏ ਯੂ ਮਤਲਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਮ ਤੇ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਕੌਣ-ਕੌਣ ਇਹਦੇ ਵਿੱਚ ਇਲੀਜੀਬਲ ਹੋਣਾ ਲਿਆ ਤੇ ਕਿੱਦਾਂ-ਕਿੱਦਾਂ ਤੁਸੀਂ ਇਹਦੇ ਵਿੱਚ ਜਿਹੜਾ ਉਹ ਅਪਲਾਈ ਕਰਨਾ ਹੈ ਸੋ ਇਹਦੇ ਵਿੱਚ ਇਹਨਾਂ ਨੇ ਮੈਂਸ਼ਨ ਵੀ ਕੀਤਾ ਆ ਕਿ ਜਿਹੜੀਆਂ ਤੁਹਾਡੇ ਆ ਇੰਟਰਵਿਊ ਹੋਣ ਵਾਲੀਆਂ ਉਹਦੇ ਵਿੱਚ ਕੋਈ ਸੈਪਰੇਟ ਇਨਫੋਰਮੇਸ਼ਨ ਰਿਗਾਰਡਿੰਗ ਇੰਟਰਵਿਊ ਤੁਹਾਨੂੰ ਸੈਂਡ ਨਹੀਂ ਕੀਤੀ ਯਾਨੀ ਨਾ ਕੋਈ TA DA ਜਿਹੜਾ ਡਿਊਰਿੰਗ ਇੰਟਰਵਿਊ ਤੁਹਾਨੂੰ ਜਿਹੜਾ ਉਹ ਪੇ ਕੀਤਾ ਜਾਏਗਾ ਸੋ ਇਹਦੇ ਵਿੱਚ ਤੁਸੀਂ ਉਹਦੇ ਅਕੋਰਡਿੰਗਲੀ ਹੀ ਅਪਲਾਈ ਕਰਨਾ ਹੈ ਵੈਕੈਂਸੀਜ਼ ਦੀ ਗੱਲ ਕਰੀਏ ਯੰਗ ਪ੍ਰੋਫੈਸ਼ਨਲ ਦੀ ਪੋਸਟਾਂ ਇਹ ਆਊਟ ਕੀਤੀਆਂ ਗਈਆਂ ਬਹੁਤ ਸਾਰੇ ਕੈਂਡੀਡੇਟ ਤੁਹਾਡੇ ਵਿੱਚੋਂ ਇਹਦੇ ਵਾਸਤੇ ਐਲੀਜੀਬਲ ਹੋਣ ਵਾਲੇ ਆ ਉਸ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ एलिजिਬਿਲਟੀ ਦੀ ਜਿਹੜੇ ਕੈਂਡੀਡੇਟ ਨੇ ਬੀਟੈਕ ਕੀਤੀ ਹੋਈ ਹੈ ਐਗਰੀਕਲਚਰ ਦੇ ਵਿੱਚ ਉਹ ਕੈਂਡੀਡੇਟ ਅਪਲਾਈ ਕਰ ਸਕਦੇ ਆ ਜਾਂ ਫਿਰ ਐਮਟੈਕ ਤੁਸੀਂ ਕੀਤੀ ਹੈ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰਿੰਗ ਦੇ ਵਿੱਚ ਫੂਡ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵਿੱਚ ਤਾਂ ਤੁਸੀਂ ਇਹਨਾਂ ਵੈਕੈਂਸੀਸ ਦੇ ਲਈ ਅਪਲਾਈ ਕਰ ਸਕਦੇ ਆ ਬਾਕੀ ਸਾਰੀ ਡਿਟੇਲਸ ਤੁਸੀਂ ਇਹਨਾਂ ਦੀ ਆਫੀਸ਼ਲ ਸਾਈਟ ਤੇ ਜਾ ਕੇ ਰੀਡ ਕਰਕੇ ਅਪਲਾਈ ਕਰ ਸਕਦੇ ਆ ਹੁਣ ਆਪਾਂ ਨੈਕਸਟ ਵੀਡੀਓ ਵਿੱਚ ਮਿਲਾਂਗੇ ਨਵੀਂ ਇਨਫੋਰਮੇਸ਼ਨ ਨਾਲ ਥੈਂਕਸ ਫॉर ਵਾਚਿੰਗ